ਕੁੜੀਆਂ ਨੂੰ ਅਕਸਰ ਮੇਕਅਪ ਕਰਨ ਦਾ ਸ਼ੌਂਕ ਹੁੰਦਾ, ਜਿਸ ਲਈ ਉਹ ਮਹਿੰਗੀਆਂ ਫੀਸਾਂ ਦੇ ਕੇ ਮੇਕਅਪ ਕਰਨਾ ਸਿੱਖਦੀਆਂ ਨੇ, ਕਿਉਂਕਿ ਸੱਜਣਾ ਸਵਰਨਾ ਮਹਿਲਾਵਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ। ਪਰ ਗਰੀਬ ਘਰਾਂ ਦੀਆਂ ਕੁੜੀਆਂ ਕਈ ਵਾਰ ਮੇਕਅਪ ਸਿੱਖਣ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ, ਅਤੇ ਇਹਨਾਂ ਕੁੜੀਆਂ ਦਾ ਹੀ ਧਿਆਨ ਰੱਖਦੇ ਹੋਏ ਅੰਮ੍ਰਿਤਸਰ ਦੇ ਵਿੱਚ ਮੇਕਅਪ ਕੰਪੀਟੀਸ਼ਨ ਕਰਵਾਇਆ ਗਿਆ। ਅਤੇ ਇਸ ਕੰਪੀਟੀਸ਼ਨ ਦੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਮੱਧਮ ਵਰਗ ਦੀਆਂ ਕੁੜੀਆਂ ਨੂੰ ਮੇਕਅਪ ਸਿਖਾਇਆ ਜਾਵੇਗਾ, ਉਹ ਵੀ ਬਿਲਕੁਲ ਫ੍ਰੀ। ਇਸ ਕੰਪੀਟੀਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਜਸਵਿੰਦਰ ਸੋਹਲ ਵੀ ਪਹੁੰਚੇ, ਜਿਨ੍ਹਾਂ ਨੇ ਇਸ ਉਪਰਾਲੇ ਦੀ ਜੰਮ ਕੇ ਸ਼ਲਾਘਾ ਕੀਤੀ। ਅੱਜ ਇੱਥੇ ਗ੍ਰੈਂਡ ਸੈਮੀਨਾਰ ਸੀ, ਜਿੱਥੇ ਮੈਨੂੰ ਪੂਜਾ ਸ਼ਰਮਾ ਔਰ ਜੋਤੀ ਸ਼ਰਮਾ ਵੱਲੋਂ ਇਨਵਾਈਟ ਕੀਤਾ ਗਿਆ, ਔਰ ਬੜਾ ਹੀ ਵਧੀਆ ਉਪਰਾਲਾ ਕਰ ਰਹੇ ਆ, ਜਿੱਥੇ ਕਿ ਬੱਚਿਆਂ ਨੂੰ ਸੱਚਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪੈਰਾਂ ਸਿਰ ਖੜੇ ਕਰਨ ਦੀ। ਉੱਥੇ ਜਿਹੜੀਆਂ ਨੀਡੀ ਫੈਮਿਲੀਜ਼ ਤੋਂ ਲੜਕੀਆਂ ਨੇ, ਉਹਨਾਂ ਨੂੰ ਫ੍ਰੀ ਸਿਖਲਾਈ ਵੀ ਇੱਥੇ ਦਿੱਤੀ ਜਾ ਰਹੀ ਹੈ। ਸੋ ਬੜਾ ਹੀ ਸ਼ਲਾਘਾਯੋਗ ਉਪਰਾਲਾ ਇਹਨਾਂ ਦਾ। ਔਰ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਜਿਵੇਂ ਅਸੀਂ ਕਿ ਸਮਾਜਿਕ ਬੁਰਾਈਆਂ ਦੇ ਨਾਲ ਵੀ ਲਗਾਤਾਰ ਮੈਂ ਲੜਦੀ ਆ ਰਹੀ ਹਾਂ, ਇਹਨਾਂ ਦੇ ਹੱਕਾਂ ਲਈ ਆਵਾਜ਼ ਚੱਕ ਰਹੀ ਹਾਂ। ਜੇ ਅਸੀਂ ਦੇਖੀਏ ਤਾਂ ਅਸੀਂ ਰੀਸੈਂਟਲੀ 2 ਦਿਨ ਪਹਿਲੇ ਦੀ ਗੱਲ ਹੈ, ਇੱਕ 6 ਸਾਲ ਦੀ ਬੱਚੀ ਦੇ ਨਾਲ ਬਲਤ ਕਰਕੇ ਹਵਾਨੀਅਤ ਦਾ ਜਿਹੜਾ ਨਾਚ ਹੋਇਆ ਹੈ, ਤੇ ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੀ ਹਾਂ, ਕਿਉਂਕਿ ਇੱਕ ਤਰਫ ਅਸੀਂ ਬੇਟੀਆਂ ਪੜ੍ਹਾਓ ਤੇ ਬੇਟੀਆਂ ਬਚਾਓ ਦੇ ਨਾਅਰੇ ਦੇ ਰਹੇ ਹਾਂ, ਔਰ ਦੂਸਰੀ ਤਰਫ 6 ਸਾਲ ਦੀ ਮਾਸੂਮ ਦੇ ਨਾਲ ਇੰਨਾ ਹਵਾਨੀਅਤ ਭਰਿਆ ਜੋ ਇੰਸੀਡੈਂਟ ਬੀਤਦਾ ਹੈ, ਤੇ ਉੱਥੇ ਸਾਰਾ ਸਮਾਜ ਹੀ ਸ਼ਰਮਸਾਰ ਹੋ ਜਾਂਦਾ ਇੱਦਾਂ ਦੇ ਲੋਕਾਂ ਨਾਲ। ਜੀ ਬਿਲਕੁਲ, ਮੈਂ ਇਹੀ ਕਹਿ ਰਹੀ ਹਾਂ, ਲੋਕ ਵਧਾਈ ਦੇ ਪਾਤਰ ਨੇ ਪੂਜਾ ਸ਼ਰਮਾ, ਜੋਤੀ ਸ਼ਰਮਾ, ਕਿਉਂਕਿ ਇੱਕ ਨਿੱਜੀ ਪਰਿਵਾਰ ਦੀਆਂ ਬੱਚੀਆਂ ਨੂੰ ਜਦੋਂ ਅੱਗੇ ਵਧਣ ਦਾ ਮੌਕਾ ਮਿਲਦਾ, ਕਿਉਂਕਿ ਬਹੁਤ ਵਾਰੀ ਇੱਦਾਂ ਹੁੰਦਾ ਕਿ ਪਰਿਵਾਰ ਦੀ ਸਥਿਤੀ ਇੱਦਾਂ ਦੀ ਹੁੰਦੀ ਹੈ ਕਿ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੁੰਦੀ ਫੈਮਿਲੀ, ਤੇ ਕੁੜੀਆਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਆ। ਇਹ ਸੁਪਨੇ ਪੂਰੇ ਕਰਨ ਦਾ ਇੱਕ ਇਹਨਾਂ ਨੇ ਜੋ ਉਹਨਾਂ ਨੂੰ ਮੌਕਾ ਦਿੱਤਾ ਹੈ, ਸੋ ਮੈਂ ਐਪਰੀਸ਼ੀਏਟ ਕਰਦੀ ਹਾਂ, ਔਰ ਮੈਂ ਚਾਹਾਂਗੀ ਕਿ ਹੋਰ ਲੋਕ ਵੀ ਸਮਾਜ 'ਚ ਅੱਗੇ ਆਓ। ਸਰ, ਹਮ ਐਸੇ ਇਵੈਂਟ ਅੰਮ੍ਰਿਤਸਰ ਮੈਂ ਬਹੁਤ ਸੇ ਲਗਾਤੇ ਹੈ, ਔਰ ਇਸ ਬਾਰ ਜੋ ਹਮਨੇ ਇਵੈਂਟ ਲਗਾਇਆ, ਇਸਮੇਂ ਹਮ ਕਾਫੀ ਨਈ ਆਫਰਸ ਲੈ ਕੇ ਆਏ, ਜੋ ਵੀ ਹਮ ਇਵੈਂਟਸ ਲਗਾਤੇ ਹੈ, ਇਸਮੇਂ ਹਮ ਕਾਫੀ ਨਈ ਚੀਜ਼ੇ ਲੈ ਕੇ ਆਤੇ ਹੈ, ਜੋ ਕਾਫੀ ਮਹਿੰਗੀ ਬਾਰ ਸਿਖਾਈ ਜਾਤੀ ਹੈ, ਹਮ ਯਹਾਂ ਪਰ ਬਿਲਕੁਲ ਉਨਕੋ ਫ੍ਰੀ ਆਫ ਕੋਸਟ ਸਿਖਾਤੇ ਹੈ, ਔਰ ਇਸ ਬਾਰ ਹਮ ਨੈਕਸਟ ਮੰਥ ਜੋ ਬੱਚੋਂ ਕੇ ਲੈ ਕੇ ਆਏ ਹੈ, ਇਸਮੇਂ ਹਮ ਫ੍ਰੀ ਉਨਕੋ ਕਲਾਸਿਸ ਦੇਂਗੇ, ਜੋ ਬੇਸਿਕ ਟੂ ਐਡਵਾਂਸ ਨੌਲੇਜ ਹੋਏਗੀ, ਔਰ ਇਸਮੇਂ ਸਭ ਕੁਛ ਹਮ ਲੋਕ ਉਨਕੋ ਬਾਰੀਕੀਆਂ ਬਤਾਏਂਗੇ ਮੇਕਅਪ ਔਰ ਹੇਅਰ ਡਿਊ ਕੀ। ਕਹਿਣਾ ਇਹੀ ਚਾਹੁੰਦੇ ਹਾਂ ਕਿ ਜਿਹੜੀਆਂ ਗਰੀਬ ਘਰਾਂ ਦੀਆਂ ਲੜਕੀਆਂ ਹੈ, ਜਿਨ੍ਹਾਂ ਨੂੰ ਇੱਕ ਪਲੇਟਫਾਰਮ ਨਹੀਂ ਮਿਲਦਾ ਕੁਛ ਸਿੱਖਣ ਦੇ ਲਈ, ਅਸੀਂ 1 ਡੇ ਕਲਾਸ ਲਗਵਾਉਂਦੇ ਹਾਂ ਜਿਹਦੇ ਵਿੱਚ ਕਿ ਆਪਣਾ ਉਹ ਡੀਪਲੀ ਨੌਲੇਜ ਲੈਂਦੀਆਂ ਹਨ ਬੇਸਿਕ ਟੂ ਐਡਵਾਂਸ। ਉਸ ਤੋਂ ਬਾਅਦ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਜੇਕਰ ਉਹਨਾਂ ਨੂੰ ਫਿਰ ਵੀ ਕਿਸੇ ਚੀਜ਼ ਦੀ ਨੀਡ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ 1 ਦਿਨ ਫ੍ਰੀ ਆਫ ਕਲਾਸਿਸ ਦਾ, ਅਸੀਂ ਜਿਹੜੇ ਅੱਛੇ ਟੈਕਨੀਕਲ ਸਾਡੇ ਅੰਮ੍ਰਿਤਸਰ ਦੇ ਵਿੱਚ ਹੁੰਦੇ ਆ, ਕੁਛ ਟਾਈਮ ਉਹਨਾਂ ਕੋਲੋਂ ਲੈ ਕੇ ਉਹਨਾਂ ਨੂੰ ਹਫ਼ਤੇ ਦੇ ਵਿੱਚ ਉਹਨਾਂ ਨੂੰ ਡੀਪਲੀ ਨੌਲੇਜ ਦਿੱਤੀ ਜਾਂਦੀ ਹੈ, ਜਿਹੜੀ ਕਿ ਫ੍ਰੀ ਆਫ ਕੋਸਟ ਦਿੱਤੀ ਜਾਂਦੀ ਹੈ ਉਹਨਾਂ ਬੱਚਿਆਂ ਨੂੰ।